ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਲੱਖੂਵਾਲ ਵਿਖੇ ਕਿਸਾਨ ਗੁਰਦੇਵ ਸਿੰਘ ਦਾ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਗੁਰਦੇਵ ਸਿੰਘ ਆਪਣੇ ਭਤੀਜੇ ਨਾਲ ਖੇਤਾਂ ਵਿੱਚ ਫੇਰਾ ਮਾਰਨ ਗਿਆ ਸੀ, ਜਿਸ ਦੌਰਾਨ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕਿਸਾਨ ਅਤੇ ਉਸਦੇ ਭਤੀਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਿਸਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ ਅਤੇ ਭਤੀਜਾ ਜ਼ਖਮੀ ਹੋਇਆ ਹੈ। ਗੁਰਭੇਜ ਸਿੰਘ ਪਿੰਡ ਲੱਖੂਵਾਲ ਆ ਅਤੇ ਮੇਰੇ ਚਾਚਾ ਜੀ ਦੀ ਡੈਥ ਹੋਈ ਆ, ਕਤਲ ਹੋਇਆ ਗੁਰਦੇਵ ਸਿੰਘ ਦਾ। ਅਤੇ ਉਹ ਬੰਦੇ ਜਿਹੜੇ ਜਿੰਨਾ ਕਤਲ ਕੀਤਾ ਆ ਉਹਨਾਂ ਡਾਗ ਲਾ ਕੇ ਸਾਰੇ ਪਿੰਡ ਦਾ ਪਾਣੀ ਡੱਕਿਆ, 70-80 ਕਿੱਲੇ ਝੋਨਾ ਡੁੱਬਾ ਆ। ਉਹ ਅਸੀਂ ਸਾਰੇ ਬੰਦਿਆਂ ਇਕੱਠੇ ਹੋ ਕੇ ਉਹਨਾਂ ਨੂੰ ਕਿਹਾ ਵੀ ਪੰਚਾਇਤ ਦੇ ਰਾਹੀਂ ਵੀ ਪਾਣੀ ਨਿਕਲਣ ਦਿਓ, ਨੁਕਸਾਨ ਹੋਣ ਡਿਆ ਮਗਰ ਲੋਕਾਂ ਦਾ। ਅਤੇ ਉਹ ਚਲੋ ਪੰਚਾਇਤ ਦੇ ਰਾਹੀਂ ਆਖਿਆ ਵੇਖਿਆ ਉਹਨਾਂ ਆਪਣੇ ਆਪ ਹੀ ਖਾਲੀ ਪੁੱਟੀ, ਪਾਣੀ ਕੱਢਤਾ ਥੋੜ੍ਹਾ ਬਹੁਤਾ। ਬਾਅਦ ਅਸੀਂ ਚਾਚਾ ਭਤੀਜਾ ਗਏ ਆਪਣੀ ਮੋਟਰ ਸਾਡੀ ਇੱਥੇ ਮਾਲਕੀ ਪੈਲੀ ਗੇੜਾ ਮਾਰਨ, ਅਤੇ ਤਕਰੀਬਨ 8:30-9 ਵਜੇ ਦਾ ਟਾਈਮ ਸੀ। ਅਸੀਂ ਜਦੋਂ ਗੇੜਾ ਮਾਰਨ ਗਏ, ਚਾਚਾ ਭਤੀਜਾ, ਚਾਚਾ ਮੇਰਾ ਅੱਗੇ ਅੱਗੇ ਤੁਰਿਆ ਜਾਂਦਿਆ, ਮੈਂ ਪਿੱਛੇ ਟਾਰਚ ਫੜੀ ਸੀ। ਅਤੇ ਅਸੀਂ ਅੱਧਕ 'ਚ ਗਏ ਆਪਣੀ ਪੈਲੀ 'ਚ, ਜਦੋਂ ਮੈਂ ਟਾਰਚ ਮਾਰੀ ਅਤੇ ਅੱਗੋਂ 6-7 ਜਣੇ ਦਾਤਰ ਅਤੇ ਡੰਡੇ ਡੁੰਡੇ ਫੜੇ ਇਹਨਾਂ ਦੇ, ਆਣ ਕੇ ਸਿੱਧੇ ਸਾਡੇ ਗਲ ਪੈ ਗਏ ਚਾਚੇ ਭਤੀਜੇ ਦੇ। ਅਤੇ ਚਾਚਾ ਜੀ ਮੇਰੇ 'ਤੇ ਸਿੱਧੀ ਬਰਛੀ ਮਾਰੀ ਇਹਨਾਂ ਦਿਲ 'ਤੇ, ਅਤੇ ਉਦੋਂ ਹੀ ਇਹਨਾਂ ਦੀ ਮੌਕੇ 'ਤੇ ਮੌਤ ਹੋ ਗਈ ਉੱਥੇ। ਅਤੇ ਬਾਅਦ 'ਚ ਮਾਰ 'ਤੇ ਇਹਨਾਂ ਮੈਨੂੰ ਵੀ ਦੇਣਾ ਸੀ, ਅਤੇ ਮੈਂ ਜਦੋਂ ਰੌਲਾ ਰੌਲਾ ਪਾਇਆ ਸਾਡੇ ਲਾਗੋ, ਮਤਲਬ ਆਂਢ ਗੁਆਂਢ ਸਾਰੇ ਜੀ ਇਕੱਠੇ ਹੋ ਕੇ ਆ ਗਏ, ਅਤੇ ਉਹਨਾਂ ਨੂੰ ਵੇਖ ਕੇ ਭੱਜੇ, ਨਹੀਂ ਤਾਂ ਇੰਨਾ ਮੇਰਾ ਵੀ ਕੰਮ ਕਰ ਦੇਣਾ। ਪਾਣੀ ਡਿੱਕਣ ਦੀ ਵਜ੍ਹਾ ਐਵੇਂ ਬਿਨਾਂ ਵਜ੍ਹਾ ਹੀ ਸਾਰੇ ਪਿੰਡ ਨਾਲ ਪੰਗੇ ਲੈਂਦੇ ਆ, ਵਜ੍ਹਾ ਦੀ ਤੁਸੀਂ ਹੈ ਹੀ ਨਹੀਂ ਕੋਈ, ਵੀ ਐਵੇਂ ਜਾਣ ਬੁੱਝ ਕੇ ਪੰਗੇ ਲੈਣ ਵਾਲੀ ਗੱਲ ਆ। ਪਿੰਡ ਨਾਲ ਸਾਰੇ ਪਿੰਡ ਨੂੰ ਗਾਲਾਂ ਕੱਢੀ ਜਾਂਦੇ, ਕਦੀ ਕਿਸੇ ਨੂੰ ਕਦੀ ਕਿਸੇ ਨੂੰ। ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼? ਕੋਈ ਪੁਰਾਣੀ ਰੰਜਿਸ਼ ਨਹੀਂ, ਕੋਈ ਗੱਲ ਨਹੀਂ। ਬਾਅਦ ਨਹੀਂ ਮੇਰੀ ਮਾਲਕੀ ਜ਼ਮੀਨ ਆ ਸਾਡੀ ਦੋਵਾਂ ਦੀ, ਚਾਚੇ ਭਤੀਜੇ ਦੀ, ਸਾਨੂੰ ਉਲਟਾ ਫੋਨ ਕਰਕੇ ਅਤੇ ਅੱਗੋਂ ਲਲਕਾਰਦੇ ਆ ਵੀ ਤੁਸੀਂ ਇੱਥੇ ਜ਼ਮੀਨ 'ਚ ਆ ਕੇ ਵਿਖਾਇਓ, ਤੁਹਾਨੂੰ ਵੱਢਦੇ ਵੇਖੀ ਕਿੱਦਾਂ। ਮੇਰੇ ਕੋਲ ਬਕਾਇਦਾ ਰਿਕਾਰਡਿੰਗਾਂ ਪਈਆਂ ਆ, ਮੈਨੂੰ ਫੋਨ ਕਰਕੇ ਮਤਲਬ ਮਾੜਾ ਚੰਗਾ ਬੋਲੇ ਆ। ਕੋਈ ਲੜਾਈ ਝਗੜਾ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਐਵੇਂ ਬਿਨਾਂ ਵਜ੍ਹਾ ਕਿ ਨਾ ਡੇ ਪੰਗੇ ਲੈਣ ਸਾਡੇ, ਤੇ ਇਹਨਾਂ ਬਿਨਾਂ ਵਜ੍ਹਾ ਸਾਡੇ ਚਾਚਾ ਜੀ ਦਾ ਕਤਲ ਕੀਤਾ। ਪੁਲਿਸ ਮੌਕੇ ਤੇ ਪਹੁੰਚੀ ਆ, ਕਾਰਵਾਈ ਕੀਤੀ ਜਾ ਰਹੀ? ਹਾਂਜੀ, ਪੁਲਿਸ ਬਣਦੀ ਕਾਰਵਾਈ ਕਰਨ ਡੀ ਆ। ਅਸੀਂ ਇਨਸਾਫ ਮੰਗਦੇ ਹਾਂ, ਇਹ ਸਾਰੇ ਬੰਦੇ ਵੱਜਣੇ ਚਾਹੀਦੇ ਆ ਜਿਹੜੇ ਮੌਕੇ ਦੇ 5 ਜਣੇ ਮੌਜੂਦ ਸੀ ਜਿਨ੍ਹਾਂ ਕਤਲ ਕੀਤਾ। ਮੈਂ ਸਰਪੰਚ ਪਿੰਡ ਲੱਖੂਵਾਲ ਤੋਂ ਕੁਲਦੀਪ ਸਿੰਘ ਮੇਰਾ ਨਾਂ ਹੈ। ਇਹ ਜੋ ਇਹ ਗੁਰਭੇਜ ਸਿੰਘ ਨੇ ਦੱਸਿਆ, ਇਹ ਸਾਰੀ ਇਹੋ ਹੀ ਸਥਿਤੀ, ਇਹੋ ਹੀ ਗੱਲ ਆ। ਪਾਣੀ ਤੋਂ ਲੈ ਕੇ ਗੱਲ ਹੋਈ, ਪਹਿਲਾਂ ਪਾਣੀ ਜ਼ਮੀਨ ਦਾ ਪਾਣੀ ਪਿੱਛੇ ਰੁਕਿਆ, ਚੌਖੀ ਪੈਲੀ 50-60 ਕਿੱਲੇ ਤੋਂ ਵੱਧ ਹੋਣੀ ਜਿਹੜੀ ਡੱਕੀ ਪਾਣੀ ਤੋਂ। ਅੱਗੋਂ ਇਹਨਾਂ ਨੇ ਬੰਨਾਂ ਲਾ ਕੇ ਪਾਣੀ ਦਾ ਬੰਦ ਕੀਤਾ। ਉਹਨੂੰ ਚਲੋ ਆਖਿਆ ਵੇਖਿਆ ਬੰਦਿਆਂ, ਪਹਿਲਾਂ ਤਾਂ ਮੰਨਦੇ ਨਹੀਂ, ਪੰਚਾਇਤ ਰੂਪ 'ਤੇ ਬੰਦੇ ਬੁੰਦੇ ਗਏ ਅਤੇ ਬੰਦਿਆਂ ਦੇ ਸਿਆਣੇ ਬੰਦਿਆਂ ਦੀ ਇਹਨਾਂ ਨੇ ਮੰਨ ਲਈ। ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਮੰਨ ਕੇ ਅਤੇ ਵੱਢ ਦਿੱਤਾ, ਆਪ ਹੀ ਆਪਣੇ ਹੱਥੀਂ ਵੱਢਿਆ। ਪਾਣੀ ਵੀ ਨਿਕਲਣ ਦਾ ਰਿਹਾ, ਸਭ ਕੁਝ ਹੋ ਗਿਆ, ਝੋਨੇ ਨੰਗੇ ਵੀ ਹੋ ਗਏ। ਮੁੜ ਕੇ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਨੂੰ ਜ਼ਹਿਰ ਇੰਨਾ ਚੜ੍ਹ ਗਿਆ ਵੀ ਇਹਨੇ, ਇਹਦੀ ਮੋਟਰ ਹੀ ਲਾਗੇ ਉਸੇ ਪੈੜੀ ਦੇ ਥਾਂ 'ਤੇ ਲਾਗੇ ਮੋਟਰ ਹੀ ਇਹਨਾਂ ਦੀ। ਉਹ ਮੋਟਰ ਦਾ ਸਰੱਠ ਲੈ ਕੇ ਲਾ ਕੇ ਮੋਟਰ ਦੀਆਂ ਤਾਰਾਂ ਵੱਢਤੀਆਂ, ਤੋੜਤੀਆਂ, ਅਤੇ ਉਹ ਰਿਕਾਰਡਿੰਗਾਂ ਤਾਂ ਇਹਦੇ ਕੋਲ ਹੈਗੀਆਂ। ਉਹ ਤਾਂ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਰਹਿੰਦਾ ਵੀ ਗਾਲਾਂ ਕੱਢੀ ਜਾਂਦੇ ਸੀਗੇ, ਫੋਨ ਲਾ ਕੇ ਗਾਲਾਂ ਸਿੱਧੀਆਂ ਗਾ, ਫੋਨ ਲਾ ਕੇ ਨੰਬਰ 'ਤੇ ਗਾਲਾਂ ਕੱਢੀ ਜਾਂਦੇ, ਤੁਸੀਂ ਇੱਥੇ ਆਓ, ਤੁਸੀਂ ਉੱਥੇ ਕਰੋ, ਜੇ ਕਰੋ। ਉਹ ਇਹ ਪਤਾ ਪੁਤਾ ਲੈਣ ਗਏ ਉਹ ਤਾਂ ਵੇਖਣ ਕਾਹਨੂੰ ਗਏ ਵੀ ਸਾਡੀ ਮੋਟਰ ਦਾ ਖੜਾ ਖੜੂਗਾ ਆਉਣ ਡਿਆ, ਦੱਸਿਆ ਕਿਸੇ ਨੇ ਵੀ ਤੁਹਾਡਾ ਬੜਾ ਖੜਕਾ ਬੜਾ ਉੱਥੇ ਹੋਣ ਡਿਆ ਮੋਟਰ ਦਾ। ਉਹਨੇ ਚੱਲੂ ਪਰਾਂ ਉਹਨਾਂ ਹੋ ਗਏ, ਚਲੇ ਗਏ, ਚੁੱਲ ਗਏ। ਜਦੋਂ ਇਹਨਾਂ ਵਸਾਹ ਵਸੂਹ ਕੇ ਪਏ ਕਿਤੇ, ਜਦੋਂ ਚਰੀਆਂ ਚੁਰੀਆਂ ਤਾਂ ਤੁਹਾਨੂੰ ਪਤਾ ਹੈਗਾ ਵਾ, ਕਿਤੇ ਚਰੀ ਚੁਰੀ 'ਚ ਲੁਗੇ ਆ ਕਿ ਕੀ ਬਣਿਆ। ਜਦੋਂ ਇਹ ਗਏ ਗਾਂ ਤੋਂ ਗਲ ਪੈ ਗਏ, ਉਹਨਾਂ ਢਾਲਿਆ ਇਹਨੂੰ ਪਹਿਲਾਂ। ਮੈਂ ਤਾਂ ਇਹ ਜਿਹੜੀ ਸੁਣੀ ਗੱਲ ਇਹੋ ਵੀ ਡਾਂਗਾ ਮਾਰ ਮਾਰ ਕੇ ਅਤੇ ਇਹਨੂੰ ਸੁੱਟ ਲਿਆ ਉਹਨੂੰ ਪਹਿਲਾਂ, ਉਹਨੂੰ ਦੂਜਾਇਆ ਬਰਸ਼ੀ ਵਾਲਾ ਨੇ ਬਰਸ਼ੀ ਮਾਰੀ, ਦੇਖੋ ਖਾਮ ਉੱਥੇ ਮੌਕੇ 'ਤੇ ਮਰ ਗਿਆ। ਮੰਗ ਤਾਂ ਇਹ ਕਰਦੇ ਹਾਂ ਵੀ ਅਸੀਂ ਕੋਈ ਨਜਾਇਜ਼ ਬੰਦਾ ਦੇ ਵਿੱਚ ਦਿੱਤਾ ਨਹੀਂ ਕੋਈ।
ਨਹੀਂ ਤਾਂ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਬੰਦੇ ਵਿੱਚ ਹੈਗੇ ਪਿੰਡ 'ਚ, ਕੋਈ ਕੋਈ ਕਿਸੇ ਨਾਲ ਸਾਡੀ ਕੋਈ ਦਿਲੋਂ ਦਿਲੀ ਜਾਂ ਕੋਈ ਕਿਸੇ ਦੀ ਰੰਜਿਸ਼ ਨਹੀਂ ਹੈਗੀ। ਇਹ ਜਿਹੜਾ ਹੋਇਆ ਬਹੁਤ ਧੱਕਾ ਹੋਇਆ, ਬਹੁਤ ਹੀ ਜ਼ਿਆਦਾ ਧੱਕਾ ਹੋਇਆ, ਜਿਹੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਇਹਦਾ। ਇਸ ਮੌਕੇ 'ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਲੱਖੋਵਾਲ ਵਿਖੇ ਗੁਰਦੇਵ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਹੈ। ਇਸ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੀ ਹੈ ਜੀ ਸਾਰਾ ਮਾਮਲਾ? ਇਹ ਜੀ ਪਿੰਡ ਲੱਖੋਵਾਲ ਤੋਂ ਰਾਤੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਗੁਰਦੇਵ ਸਿੰਘ ਦਾ ਨਾਂ ਦਾ ਵਿਅਕਤੀ ਹੈ ਜਿਹਦਾ ਨਾ ਮਰਡਰ ਹੋ ਗਿਆ ਜੀ। ਅਸੀਂ ਮੌਕੇ 'ਤੇ ਆਏ ਸੀਗੇ ਫਿਰ ਸਿਵਲ ਹੋਸਪਿਟਲ, ਬਿਆਨ ਲੈ ਕੇ ਮੁੱਢਲਾ ਸਰ ਐਫ ਆਈ ਆਰ ਦਰਜ ਕੀਤੀ ਹੈ, ਤਫਤੀਸ਼ ਕਰਦੇ ਪਏ ਹਾਂ ਜੀ। ਕੋਈ ਆਰੋਪੀ ਗ੍ਰਿਫਤਾਰ ਵੀ ਹੋਇਆ? ਨਹੀਂ ਅਜੇ ਫਿਲਹਾਲ ਕੋਈ ਰਾਤ ਨਹੀਂ। ਮਰਡਰ ਦੀ ਹੁਣ ਤੱਕ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਆ, ਪਰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ ਵੀ ਉੱਥੇ ਕੋਈ ਪਾਣੀ ਸੀਗਾ ਬਾਰਿਸ਼ ਦਾ, ਜਿਹੜਾ ਅਗਾਂਹ ਖੇਤਾਂ 'ਚੋਂ ਕੱਢਣਾ ਸੀਗਾ, ਉਸ ਵਜ੍ਹਾ ਰੰਜਿਸ਼ ਕਰਕੇ ਪਿੱਛੇ ਝੋਨਾ ਜਿਹੜਾ ਡੁੱਬਿਆ ਹੋਇਆ ਸੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ, ਇਹ ਰਾਤ ਗਏ ਖੇਤਾਂ 'ਚ ਫੇਰਾ ਮਾਰਨ, ਤਾਂ ਉੱਥੇ ਝਗੜਾ ਹੋਣ ਕਰਕੇ ਇਹਦੀ ਜਿਹੜੀ ਆ ਗੁਰਦੇਵ ਸਿੰਘ ਦੀ ਮੌਤ ਹੋ ਗਈ ਜੀ ਸੱਟ ਲੱਗਣ। ਕਾਰਵਾਈ ਪਰਚਾ ਜੀ ਦਰਜ ਕੀਤਾ ਜੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।